Hello friends today's topic is describe an actor or actress you admire koi actor ya actress bare describe karo jinu tusi admire karde ho first so, the cues hai kya who he or she is who kon hai what he she looks like kis tarah da dikhda ho what kind of movies he she appears kis tarah di movies de karda ho and explain why you admire this actor or actress and explain karo ke tusi usnu no, kyon admire karde ho so let's get started well actors are good role models as they inspire people and also they entertain them actors good role models hunde hai lokan layi kyunki ohna nu inspire karde hai and entertain bhi karde hai today i'm going to talk about an actor whom i admire a lot aaj main us actor bare gal karan jaana jisnu main bahut admire karta hai he is none other than akshay kumar ohr koi nahi akshay kumar hai he is an indian actor and producer who is known as the khiladi of bollywood wo indian actor and producer bhi hai jo ke jana anda khiladi de naam te bollywood de vich He was born on 9 September 1967 Amritsar Punjab ਉਹਨਾਂ ਦਾ ਜਨਮ ਸੀ 9 ਸਤੰਬਰ 1967 ਨੂੰ ਅੰਮ੍ਰਿਤਸਰ ਪੰਜਾਬ ਚ ਅਕਸ਼ੇ ਕੁਮਾਰ ਲੁਕਸ ਵੈਰੀ ਹੈਂਡਸਮ ਇਨ ਹਿਸ ਮਿਡਲ ਏਜ ਅਕਸ਼ੇ ਕੁਮਾਰ ਹੈਂਡਸਮ ਦਿਖਦਾ ਉਹਨਾਂ ਦੀ ਉਸ ਦੀ ਮਿਡਲ ਏਜ ਦੇ ਵਿੱਚ ਵੀ ਆਲਦੋ ਹੀ ਇਜ਼ 55 ਬਟ ਹੀ ਇਜ਼ ਦਾ ਫਿਟੈਸਟ ਮੈਨ ਇਨ ਦਾ ਬਾਲੀਵੁੱਡ ਫਿਲਮ ਇੰਡਸਟਰੀ ਭਾਵੇਂ ਕਿ ਉਹ 55 ਇਅਰਸ ਦਾ ਬਟ ਉਹ ਫਿਟੈਸਟ ਮੈਨ ਹੈ ਬਾਲੀਵੁੱਡ ਫਿਲਮ ਇੰਡਸਟਰੀ ਦੇ ਵਿੱਚ ਹੀ ਲੀਡਸ ਐਨ ਐਕਸਟ੍ਰੀਮਲੀ ਡਿਸਪਲਿਨਡ ਲਾਈਫ ਐਂਡ ਇਜ਼ ਫਿਟਨੈਸ ਫ੍ਰੀਕ ਉਹ ਉਹ ਜਿਹੜੇ ਹੈਗੇ ਉਹਨਾਂ ਦੀ ਲਾਈਫ ਬਹੁਤ ਹੀ ਡਿਸਿਪਲਿਨਡ ਲਾਈਫ ਲੀਡਸ ਕਰਦਾ ਉਹ ਐਂਡ ਫਿਟਨੈਸ ਫਰੀਕ ਵੀ ਹੈ ਫਿਟਨੈਸ ਫਰੀਕ ਮੀਨ ਜੋ ਬਹੁਤ ਹੈਲਥ ਕੌਨਸ਼ੀਅਸ ਐਂਡ ਫਿਟ ਹੈ ਉਹ ਤੋਂ ਬਿਫੋਰ ਐਂਟਰਿੰਗ ਬਾਲੀਵੁੱਡ ਦਾ ਐਕਟਰ ਵਾਸ ਅ ਮਾਰਸ਼ਲ ਆਰਟਿਸਟ ਬਾਲੀਵੁੱਡ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਉਹ ਮਾਰਸ਼ਲ ਆਰਟਿਸਟ ਸੀਗਾ ਅਕਸ਼ੇਜ਼ ਅ ਵਰਸਟਾਈਲ ਐਕਟਰ ਅਕਸ਼ੇ ਵਰਸਟਾਈਲ ਐਕਟਰ ਵਰਸਟਾਈਲ ਹੁੰਦਾ ਜੋ ਕਿ ਬਹੁਤ ਸਾਰੇ ਫੀਲਡਸ ਦੇ ਵਿੱਚ ਨਿਪੁੰਨ ਹੋਵੇ ਹੀ ਹੈਜ਼ ਬੀਨ ਸਕਸੈਸਫੁਲ ਇਨ ਪਲੇਇੰਗ ਦਾ ਰੋਲ ਵਿਚ ਇਜ਼ ਗਿਵਨ ਟੂ ਹਿਮ ਉਹ ਸਕਸੈਸਫੁਲ ਹੁੰਦਾ ਹਰ ਵਾਰ ਜੋ ਵੀ ਉਹਨੂੰ ਰੋਲ ਦਿੱਤਾ ਜਾਂਦਾ ਉਹਦੇ ਵਿੱਚ ਹੀ ਹੈਜ਼ ਐਕਟਡ ਇਨ ਹਿਸਟੋਰਿਕ ਕਾਮੇਡੀ ਐਕਸ਼ਨ ਰੋਮਾਂਟਿਕ ਐਂਡ ਡਰਾਮਾ ਮੂਵੀਜ਼ ਉਸਨੇ ਬਹੁਤ ਸਾਰੇ ਮੂਵੀ ਦੇ ਵਿੱਚ ਕੰਮ ਕੀਤਾ ਜਿਵੇਂ ਕਿ ਹਿਸਟੋਰਿਕ ਹੋ ਗਿਆ ਕਾਮੇਡੀ ਮੂਵੀਜ਼ ਐਕਸ਼ਨ ਰੋਮਾਂਟਿਕ ਐਂਡ ਡਰਾਮਾਸ ਆਈ ਰੀਲੀ ਐਡਮਾਇਰ ਹਿਮ ਬਿਕਾਜ਼ ਆਫ ਹਿਸ ਐਕਟਿੰਗ ਇਨ ਮੂਵੀਜ਼ ਮੈਂ ਉਸਨੂੰ ਬਹੁਤ ਐਡਮਾਇਰ ਕਰਦਾ ਹਾਂ ਉਸਦੀ ਐਕਟਿੰਗ ਦੇ ਕਾਰਨ ਹੀ ਇਜ਼ ਪਰਫੈਕਟ ਇਨ ਈਚ ਰੋਲ ਉਹ ਹਰ ਇੱਕ ਰੋਲ ਦੇ ਵਿੱਚ ਪਰਫੈਕਟ ਹੈ ਆਈ ਲਰਨ ਸਮਥਿੰਗ ਨਿਊ ਐਵਰੀ ਟਾਈਮ ਵੈਨ ਆਈ ਵਾਚ ਹਿਸ ਮੂਵੀਜ਼ ਮੈਂ ਹਰਵਨ ਨਮਾਕੂ ਸਿੱਖਣ ਜਦੋਂ ਵੀ ਮੈਂ ਉਸ ਦੀ ਕੋਈ ਮੂਵੀ ਦੇਖਦਾ ਮੋਸਟ ਆਫ ਹਿਸ ਮੂਵੀਜ਼ ਆਰ ਇਨਸਪਾਇਰਿੰਗ ਵਿਚ ਗਿਵਸ ਸੋਸ਼ਲ ਮੈਸੇਜ ਜਿਆਦਾਤਰ ਉਸ ਦੀਆਂ ਮੂਵੀਜ਼ ਜਿਹੜੀਆਂ ਇਨਸਪਾਇਰਿੰਗ ਹੁੰਦੀਆਂ ਜਿਹੜੀਆਂ ਕਿ ਸੋਸ਼ਲ ਮੈਸੇਜ ਦਿੰਦੀਆਂ ਹੀ ਇਜ਼ ਅ ਵੈਰੀ ਜੈਨਰਸ ਪਰਸਨ ਉਹ ਬਹੁਤ ਜੈਨਰਸ ਪਰਸਨ ਹੈ ਜੈਨਰਸ ਪਰਸਨ ਹੁੰਦਾ ਕਾਈਂਡ ਹਰਟਡ ਦੇਆਲੂ ਹੀ ਐਕਟਿਵਲੀ ਪ੍ਰੋਮੋਟਸ ewomen ਇਮਪਾਵਰਮੈਂਟ ਉਹ ਪ੍ਰੋਮੋਟ ਕਰਦਾ ewomen ਇਮਪਾਵਰਮੈਂਟ ਨੂੰ ਆਈ ਹੈਵ ਵਾਚਡ 올 ਹਿਸ ਮੂਵੀਜ਼ ਐਂਡ ਆਲਵੇਸ ਵੇਟ ਫਾਰ ਹਿਸ ਅਪਕਮਿੰਗ ਮੂਵੀਜ਼ ਮੈਂ ਉਸ ਦੀਆਂ ਬਹੁਤ ਆਲਮੋਸਟ ਸਾਰੀਆਂ ਮੂਵੀਜ਼ ਦੇਖੀਆਂ ਤੇ ਹਮੇਸ਼ਾ ਵੇਟ ਕਰਦਾ ਹਾਂ ਉਹਦੀਆਂ ਨਵੀਆਂ ਮੂਵੀਜ਼ ਲਈ ਸੋ ਹੀ ਇਜ਼ ਐਨ ਐਕਟਰ ਹੂ ਮਾਈ ਐਡਮਾਇਰ ਸੋ ਹੀ ਕੈਕਟਰ ਹੈ ਜਿਹਨੂੰ ਮੈਂ ਐਡਮਾਇਰ ਕਰਦਾ ਸੋ ਗਾਇਜ਼ ਦੈਟਸ ਆਲ ਥੈਂਕਸ ਫॉर ਵਾਚਿੰਗ ਮਾਈ ਵੀਡੀਓ